ਬਿਸਮਿਲ੍ਲਾ ਰਹਿਮਾਨ। ਅਸਲਾਮ ਅਲੈਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਦ ਵਿਰਕ। ਤੁਸੀਂ ਵੇਖ ਰਹੇ ਜੀ ਯੂਟਿਊਬ ਚੈਨਲ ਮੇਰਾ ਸਾਹੀਵਾਲ ਟੀਵੀ। ਜਿਵੇਂ ਕਿ ਵੀਰ ਦੋਸਤ ਜਾਣਦੇ ਨੇ, ਅਸੀਂ ਵੀਰਾਂ ਵਾਸਤੇ ਹਰ ਰੋਜ਼ ਅੱਛੇ ਅਤੇ ਖੂਬਸੂਰਤ ਜਾਨਵਰ ਲੈ ਕੇ ਹਾਜ਼ਰ ਹੋਈਦਾ ਰੋਜ਼ ਦੀ ਨਿਸਬਤ। ਅੱਜ ਫਿਰ ਵੀਰਾਂ ਵਾਸਤੇ ਇੱਕ ਤੋਹਫਾ ਲੈ ਕੇ ਆਏ ਹਾਂ। ਉਮੀਦ ਕਰਾਂਗੇ ਹਰ ਰੋਜ਼ ਤਰ੍ਹਾਂ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਵੀ ਪਸੰਦ ਆਏਗੀ। ਇਸ ਤੋਂ ਪਹਿਲੇ ਕਿ ਤੁਹਾਨੂੰ ਜਾਨਵਰ ਵਿਖਾਈਏ, ਸਾਡੇ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ, ਨਾਲ ਹੀ ਲੱਗੇ ਬੈੱਲ ਆਈਕੋਨ ਨੂੰ ਕਰੋ ਪ੍ਰੈਸ, ਤਾਂ ਕਿ ਸਾਡੀ ਨਵੀਂ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ। ਅੱਜ ਅਸੀਂ ਤੁਹਾਡੇ ਵਾਸਤੇ ਨੀਲੀ ਦਾ ਬ੍ਰਾਂਡ ਲੈ ਕੇ ਆਏ ਹਾਂ। ਗੱਲਾਂ ਬਾਤਾਂ ਨਾਲ ਨਹੀਂ, ਇਨਸ਼ਾਅੱਲਾ ਕੰਮ ਕਰਕੇ ਵਿਖਾਇਆ ਕਿ ਤੁਹਾਡੇ ਅੱਜ ਰੂਹ ਰਾਜ਼ੀ ਹੋ ਜਾਣਗੇ ਫਰਾਂ ਦੇ। ਪਹਿਲਾਂ ਝੋਟੀ ਲੈ ਕੇ ਆਏ ਤੁਹਾਡੇ ਵਾਸਤੇ ਪਿਓਰ ਨੀਲੀ ਦਾ ਬ੍ਰਾਂਡ, ਅਤੇ ਇਨਸ਼ਾਅੱਲਾ ਤੁਹਾਡਾ ਵੀਰ ਇਸੇ ਤਰ੍ਹਾਂ ਵੀਰਾਂ ਦੀ ਖਿਦਮਤ 'ਚ ਨੀਲੀ ਦੇ ਪਿਓਰ ਬ੍ਰਾਂਡ ਲੈ ਕੇ ਹਾਜ਼ਰ ਹੁੰਦਾ ਰਹੇਗਾ। ਤੁਸੀਂ ਝੋਟੀ ਦੀ ਨਸਲ ਦਾ ਚੈੱਕ ਕਰਨੀ ਹੈ, ਸਭ ਕੁਝ ਕੈਮਰੇ ਦੀ ਅੱਖ ਦੇ ਸਾਹਮਣੇ ਹੈ, ਅੱਖਾਂ ਚੈੱਕ ਕਰ ਲਓ, ਸਫੈਦ ਚਿੱਟੀਆਂ ਕਤਰੀ ਕਤਰੀ ਸਿਰ ਜੇ ਅਤੇ ਸਿੰਘ ਮੋੜ ਕੇ ਕਾਠਾਂ 'ਚ ਲਾਈ ਖਲੋਤੀ ਹੈ, ਸਭ ਕੁਛ ਕੈਮਰੇ ਦੀ ਨਜ਼ਰ ਹੈ। ਇੱਕ ਹੱਡੀ ਜਿਹਨੂੰ ਆਖੀਦੀ ਹੈ, ਕੁਹਾੜੇ ਵਰਗੀ ਹੱਡੀ ਆ, ਵੇਖ ਲਓ ਤੁਸੀਂ, ਸਭ ਕੁਛ ਕੈਮਰੇ ਦੀ ਨਜ਼ਰ ਹੈ, ਕੋਈ ਚੀਜ਼ ਵੀ ਤੁਹਾਡੇ ਤੋਂ ਉਜਲ ਨਹੀਂ। ਪੁੱਠੇ ਵੇਖ ਸਕਦੇ ਤੁਸੀਂ ਜਾਨਵਰ ਦੇ, ਸਭ ਕੁਛ ਕੈਮਰੇ ਦੀ ਨਜ਼ਰ ਹੈ। ਥਾਣ ਤਾਂ ਲਾਜਵਾਬ ਲੱਗਾ ਹੈ, ਵਿਰਲਾਂ ਪੂਰੀਆਂ, ਮਰਲੇ ਮਰਲੇ ਦੀ ਵਿਰਲ, ਅਤੇ ਲਬਾਸ ਲਾਜਵਾਬ, ਮਾਸ਼ਾਅੱਲਾ ਮਾਸ਼ਾਅੱਲਾ ਜੀ। ਹਾਲੇ ਝੋਟੀ ਜਿਹੜੀ ਹੈ 10-12 ਦਿਹਾੜਿਆਂ ਨਹੀਂ ਸੁਣਦੀ, ਅਤੇ ਇਨਸ਼ਾਅੱਲਾ ਤਾਲਾ ਥੱਬੇ ਲਾਈ ਫਿਰਦੀ ਹੋਣੇ ਨਾਲ, ਮਾਸ਼ਾਅੱਲਾ ਅੱਲਾ ਤਾਲਾ ਨਜ਼ਰੇ ਵੱਧ ਤੋਂ ਬਚਾਏ। ਐਡੀ ਸੋਹਣੀ ਝੋਟੀ ਮਾਸ਼ਾਅੱਲਾ, ਇਹ ਅੱਜ ਮੇਰਾ ਸਾਹੀਵਾਲ ਟੀਵੀ ਦੀ ਜ਼ੀਨਤ ਬਣੀ ਹੈ, ਅਤੇ ਇਨਸ਼ਾਅੱਲਾ ਤੁਹਾਡਾ ਵੀਰ ਇਸੇ ਤਰ੍ਹਾਂ ਹੀ ਮਿਹਨਤ ਕਰਕੇ ਅੱਛੇ ਅਤੇ ਖੂਬਸੂਰਤ ਜਾਨਵਰ ਵੀਰਾਂ ਵਾਸਤੇ ਘਰਾਂ 'ਚੋਂ ਕੱਢ ਕੱਢ ਕੇ ਲੈ ਕੇ ਆਉਂਦਾ, ਅਤੇ ਹਮੇਸ਼ਾ ਹੀ ਤੁਹਾਨੂੰ ਮੇਰਾ ਸਾਹੀਵਾਲ ਟੀਵੀ ਤੋਂ ਐਸੇ ਖੂਬਸੂਰਤ ਜਾਨਵਰ ਮਿਲਣਗੇ। ਝੋਟੀ ਦਾ ਕੱਦ ਕਾਠ ਵੇਖਣਾ ਤੁਸੀਂ, ਨਸਲ ਦਾਤ ਵੇਖਣੀ ਹੈ। ਇਹ ਹੁੰਦੀ ਜੀ ਝੋਟੀ ਨੀਲੀ ਦਾ ਬ੍ਰਾਂਡ, ਪਿਓਰ ਨੀਲੀ ਦਾ ਬ੍ਰਾਂਡ, ਗੱਲਾਂ ਬਾਤਾਂ ਨਾਲ ਨਹੀਂ, ਕੰਮ ਕਰਕੇ ਵਿਖਾਇਆ। ਵੇਖ ਲਓ ਤੁਸੀਂ ਝੋਟੀ ਪੱਟਾਂ 'ਚੋਂ 2-2, 3-3 ਇੰਚ ਹਵਾਨਾ ਬਾਹਰ ਕੱਢੀ ਖਲੋਤੀ ਹੈ, ਅਤੇ ਇਨਸ਼ਾਅੱਲਾ ਜਦੋਂ ਸੂਣ ਦੇ ਨੇੜੇ ਜਾਵੇਗੀ 2-2 ਫੁੱਟ ਲੱਤਾਂ ਚੌੜੀਆਂ ਕਰਕੇ ਖਲੋਵੇਗੀ। ਤਾਂ ਹੁਣ ਵੀ ਵੇਖ ਲਓ ਤੁਸੀਂ ਝੋਟੀ ਜਿਹੜੀ ਹੈ 2-2 ਫੁੱਟ ਲੱਤਾਂ ਚੌੜੀਆਂ ਕਰਕੇ ਖਲੋਤੀ ਹੋਈ ਹੈ। ਇਹਨੂੰ ਆਉਂਦੇ ਨੇ ਨੀਲੀ ਦਾ ਬ੍ਰਾਂਡ। ਅੱਗੇ ਤੋਂ ਥੋੜ੍ਹਾ ਜਿਹਾ ਤੁਰਨ ਫਿਰਨ ਵੀਰਾਂ ਦੇ ਸਾਹਮਣੇ ਹੈ, ਤੁਰਨ ਫਿਰਨ 16 ਆਉਂਦੇ ਹੈ, ਕੋਈ ਧੁੰਨੀ ਕੌੜੀ ਨਹੀਂ, ਸਭ ਕੁਛ ਤੁਹਾਡੇ ਸਾਹਮਣੇ ਹੈ। ਮਿੱਠੀ ਝੋਟੀ ਮਾਸ਼ਾਅੱਲਾ, ਸੀਲ ਸਹੁ ਜਾਨਵਰ ਜੇ, ਸਭ ਕੁਛ ਕੈਮਰੇ ਦੀ ਨਜ਼ਰ ਹੈ, ਕੋਈ ਚੀਜ਼ ਵੀ ਤੁਹਾਡੇ ਤੋਂ ਉਜਲ ਨਹੀਂ। ਬਾਕੀ ਕਰਾਵਾਂਗੇ ਮਾਲਕਾਂ ਤੋਂ ਤਸੱਲੀਆਂ, ਸਭ ਕੁਛ ਉਹ ਦੱਸਣਗੇ ਇਹ ਕਿੰਨੇ ਦਿਨ ਲੈਂਦੀ ਹੈ, ਕੀ ਹਿਸਾਬ ਕਿਤਾਬ ਪੈਂਦਾ। ਸਾਡਾ ਕੰਮ ਹੈ, ਸਾਡਾ ਫਰਜ਼ ਬਣਦਾ ਵੀਰਾਂ ਨੂੰ ਕਰਾਈਏ ਤਸੱਲੀਆਂ, ਅਤੇ ਤਸੱਲੀ ਕਰਾਉਣ ਲੱਗਿਆਂ ਕੋਈ ਕਸਰ ਨਾ ਛੱਡੀਏ। ਅਤੇ ਸਭ ਕੁਛ ਕੈਮਰੇ ਦੀ ਨਜ਼ਰ ਹੈ, ਕੋਈ ਚੀਜ਼ ਵੀ ਤੁਹਾਡੇ ਤੋਂ ਉਜਲ ਨਹੀਂ, ਅਤੇ ਇਨਸ਼ਾਅੱਲਾ ਐਸੀ ਝੋਟੀ ਤੁਹਾਨੂੰ ਕਿਸੇ ਨੇ ਨਹੀਂ ਅੱਜ ਤੱਕ ਵਿਖਾਈ ਹੋਣੀ। ਇਹ ਤੁਹਾਡਾ ਵੀਰ ਤੁਹਾਡੇ ਵਾਸਤੇ ਘਰਾਂ 'ਚੋਂ ਕੱਢ ਕੱਢ ਕੇ ਜਾਨਵਰ ਲੈ ਕੇ ਆਉਂਦੇ, ਮਿਹਨਤ ਕਰਕੇ ਲੈ ਕੇ ਆਉਂਦੀ ਹੈ। ਅਤੇ ਅਗਰ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਪਸੰਦ ਆਈ ਹੈ, ਤਾਂ ਸਾਡੇ ਵੀਡੀਓ 'ਤੇ ਥੱਲੇ ਕਮੈਂਟ ਅਤੇ ਸ਼ੇਅਰ ਲਾਜ਼ਮੀ ਕਰੋ, ਅਤੇ ਸਾਡੀ ਹੌਸਲਾ ਅਫਜ਼ਾਈ ਵਾਸਤੇ ਇਹਨਾਂ ਕੰਮ ਤਾਂ ਤੁਸੀਂ ਕਰ ਹੀ ਸਕਦੇ ਜੇ। ਅਤੇ ਇਨਸ਼ਾਅੱਲਾ ਤਾਲਾ ਇਹ ਹੁੰਦੀਆਂ ਨੇ ਨੀਲੀ ਦੇ ਬ੍ਰਾਂਡ, ਜਿਹੜੇ 20+ 25-25 ਲੀਟਰ ਦੁੱਧ ਦੇਣ ਵਾਲੀਆਂ ਝੋਟੀਆਂ ਹੁੰਦੀਆਂ ਜੇ। ਵੇਖ ਲਓ ਤੁਸੀਂ, ਨਜ਼ਾਰੇ ਕਰ ਲਓ, ਐਡੇ ਖੂਬਸੂਰਤ ਜਾਨਵਰ ਮਕਦਰ ਨਾਲ ਹੀ ਨਜ਼ਰ ਆਉਂਦੇ ਨੇ, ਹਵਾਨੇ ਮਾਸ਼ਾਅੱਲਾ, ਥੱਬਿਆਂ ਦੇ ਹਵਾਨੇ, ਬੜਾ ਸੋਹਣਾ ਲਿਬਾਸ ਝੋਟੀ ਨੂੰ, ਰੂਪ ਝੋਟੀ ਦਾ ਪੂਰਾ, ਖੂਨ ਪਿਤ ਝੋਟੀ ਦੀ ਬੜੀ, ਕੱਚ ਦੀਆਂ ਹੱਡੀਆਂ ਮਾਸ਼ਾਅੱਲਾ, ਕੈਮਰੇ ਦੀ ਨਜ਼ਰ ਦੇ ਸਾਹਮਣੇ ਹੈ, ਕੈਮਰੇ ਦੀ ਅੱਖ ਬੋਲ ਬੋਲ ਕੇ ਦੱਸਦੀ ਪਈ ਹੈ ਵੀ ਝੋਟੀ ਵਾਕਿਆ ਨੀਲੀ ਦਾ ਬ੍ਰਾਂਡ ਹੈ, ਝੂਠ ਨਹੀਂ। ਤੁਸੀਂ ਕਰ ਤਸੱਲੀਆਂ, ਖੁਦ ਤੁਸੀਂ ਮੰਨੋਗੇ ਕਿ ਵਾਕਈ ਇਹ ਬ੍ਰਾਂਡ ਅੱਜ ਲੈ ਕੇ ਆਇਆ। ਇਨਸ਼ਾਅੱਲਾ ਤੁਹਾਡਾ ਵੀਰ ਇਸੇ ਤਰ੍ਹਾਂ ਹੀ ਮਿਹਨਤ ਕਰਕੇ ਅੱਛੇ ਅਤੇ ਖੂਬਸੂਰਤ ਬ੍ਰਾਂਡ ਲੈ ਕੇ ਆਉਂਦਾ ਰਹੇਗਾ। ਜਾਨਵਰ ਵੀਰਾਂ ਨੇ ਵੇਖਿਆ, ਹੁਣ ਆਪਾਂ ਕਰਦੇ ਮਾਲਕ ਨਾਲ ਗੱਲ, ਉਹਦੇ ਕੋਲ ਪੁੱਛਦੇ ਹਾਂ ਇਹਦਾ ਕੀ ਹਿਸਾਬ ਕਿਤਾਬ। ਅਸਲਾਮ ਅਲੈਕਮ ਆਸਫ ਭਾਈ। ਵਾਲੇਕੁਮ ਸਲਾਮ। ਆਸਫ ਭਾਈ ਕੀ ਹਾਲ ਚਾਲ ਨੇ? ਸਿਹਤਾਂ ਤਬੀਅਤਾਂ ਠੀਕ ਨੇ? ਮਾਲਕ ਆਸਫ ਭਾਈ, ਜਾਨਵਰ ਆਪਣਾ ਵੇਖ ਲਿਆ ਵੀਰਾਂ ਨੇ, ਇਹ ਜੀ ਪਿਓਰ ਨੀਲੀ ਦਾ
ਕੋਈ ਸ਼ੱਕ ਸ਼ੂਬੇ ਵਾਲੀ ਗੱਲ ਤਾਂ ਨਹੀਂ ਇਹਦੇ ਵਿੱਚ? ਨਹੀਂ ਜੀ, ਕੋਈ ਸ਼ੱਕ ਸ਼ੂਬੇ ਵਾਲੀ ਗੱਲ ਨਹੀਂ ਤੁਹਾਡੇ ਸਾਹਮਣੇ। ਵੀਰਾਂ ਨੂੰ ਅਸੀਂ ਤਾਂ ਦੱਸਿਆ ਵੀ ਪਿਓਰ ਨੀਲੀ ਦਾ, ਸਫੈਦ ਚਿੱਟੀ ਅੱਖ, ਸਿੰਘ ਵੇਖ ਲਓ, ਪੁੱਠਾ ਛੁੱਟਾ ਵੇਖ ਲਓ, ਉਛਲ ਬਿਲਕੁਲ ਮਾਸ਼ਾਅੱਲਾ ਬਰੀਕ ਹੈ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ। ਤੇ ਇਹ ਨਸਲੀ ਯਾਨੀ ਘਰ ਦੀ ਝੋਟੀ ਆ ਆਪਣੀ? ਆਪਣੇ ਘਰ ਦੀ, ਵਪਾਰ ਦੀ ਨਹੀਂ? ਨਹੀਂ ਨਹੀਂ, ਘਰ ਦੀ ਝੋਟੀ। ਅੱਛਾ, ਠੀਕ ਹੋ ਗਿਆ ਜੀ। ਅੱਛਾ ਬਾਈ, ਇਹ ਕਿੰਨੇ ਦਿਨ ਲੈਂਦੀ ਪੱਕੇ ਜਿਹੜੇ? ਤਕਰੀਬਨ ਜੀ ਸਾਡੇ ਕੋਲ ਜੇ ਡੇਟ ਲਿਖੀ 10 ਤੋਂ 12 ਦਿਨ ਜਿਹੜਾ ਨਾ, 10 ਤੋਂ 12 ਦਿਨ ਲੈਂਦੀ ਹੈ। ਇਹਦੀ ਜਿਹੜੀ ਮਾਂ ਹੈ ਉਹ, ਉਹਦਾ ਕੋਈ ਸਾਬਕਾ ਰਿਕਾਰਡ, ਮਤਲਬ ਆਪਣੇ ਘਰ ਦੀ ਜੀ, ਉਹਦਾ ਕੋਈ ਸਾਬਕਾ ਰਿਕਾਰਡ ਕੋਈ ਯਾਦ ਹੋਵੇ ਤੁਹਾਨੂੰ? ਹਾਂਜੀ, ਉਹਦੀ ਮਾਂ ਜਿਹੜੀ 16-17 ਲੀਟਰ ਜਿਹੜਾ ਨਾ, ਬਗੈਰ ਖਲ ਵੰਡੇ ਤੋਂ ਕਾਪਟ ਹੈ ਜਿਹਨੇ ਆਮ ਨਾਰਮਲ ਰੂਟੀਨ 16-17 ਲੀਟਰ ਕਰਦੀ ਰਹੀ। 16-17 ਲੀਟਰ ਜਿਹੜਾ ਨਾ ਜੀ ਜੀ ਆਮ ਜਿਹੜਾ ਨਾ ਪੱਠਿਆਂ ਪੁੱਠਿਆਂ ਚੰਗੇ ਪੱਠੇ ਪਾਈਏ ਤੇ ਕਰ ਜਾਂਦੀ। ਠੀਕ ਹੋ ਗਿਆ ਜੀ, ਇਹਦਾ ਮਤਲਬ ਇਹ ਜ਼ਿਆਦਾ ਕਰੇਗੀ? ਬਿਲਕੁਲ ਜੀ, ਇਨਸ਼ਾਅੱਲਾ ਜ਼ਿਆਦਾ ਕਰੇਗੀ। ਠੀਕ ਹੋ ਗਿਆ। ਅਸਾ ਬਾਈ, ਇਹਦਾ ਹੁਣ ਪਿਆਰ ਮੁਹੱਬਤ ਦਾ ਮੁੱਲ ਕੀ ਜਿਹੜਾ ਆਪਾਂ ਲੈਣਾ ਹੈ? ਵਾਧੂ ਨਹੀਂ ਪਿਆਰ ਮੁਹੱਬਤ, ਜਾਇਜ਼ ਮੁੱਲ ਗੱਲ ਹੈ ਪਿਆਰ ਮੁਹੱਬਤ ਨਾਲ ਜਿਹੜਾ ਨਾ ਇੱਕ ਹੀ ਕਰਨਾ। ਇਹ ਨਾ ਆਖੇ ਦੀ ਵੀ ਤਾਰੀਫ ਜ਼ਿਆਦਾ ਕੀਤੀ ਤੇ ਤੁਸੀਂ ਮੁੱਲ ਜ਼ਿਆਦਾ ਮੰਗ ਲਓ, ਮੁੱਲ ਕਰਨਾ ਮੁਹੱਬਤ ਵਾਲਾ। ਮੁੱਲ ਜਾਇਜ਼ ਹੀ ਕਰਾਂਗੇ, ਕਰੋ ਮੁੱਲ ਜਾਇਜ਼ ਕਿਉਂਕਿ ਝੋਟੀ ਤੁਹਾਡੇ ਸਾਹਮਣੇ ਆ। ਬਿਲਕੁਲ ਜੀ, ਉਹ ਤੁਸੀਂ ਵੇਖ ਲਈ ਹੈ ਜੀ ਜੀ, ਤੇ ਇਨਸ਼ਾਅੱਲਾ ਮੁੱਲ ਵੀ ਵੀਰਾਂ ਨਾਲ ਅਸੀਂ ਪਿਆਰ ਮੁਹੱਬਤ ਨਾਲ ਹੀ ਕਰਾਂਗੇ। ਕਰੋ ਜੀ ਵੀਰ, ਪਿਆਰ ਮੁਹੱਬਤ ਵਾਲਾ ਮੁੱਲ ਹੋਵੇ ਇਹਨਾਂ ਦੀ, 3.5 ਲੱਖ ਲਾਵਾਂਗੇ। 3.5 ਲੱਖ, ਹਾਲਾਂਕਿ ਝੋਟੀ ਤੇ ਕਹਿੰਦੀ ਹੈ ਕਿ ਮੈਂ 4 ਤੋਂ ਵੀ ਜ਼ਿਆਦਾ ਦੀ। ਠੀਕ ਹੋ ਗਿਆ, ਬਾਹਰ ਚਲੇ ਜਾਓ ਨਾ ਜੀ ਜੀ, ਇੱਧਰ ਬਾਹਰ ਤੁਰ ਫਿਰ ਕੇ ਵੇਖ ਲਓ, 4 ਲੱਖ 5 ਲੱਖ ਇਸ ਤੋਂ ਘੱਟ ਨਹੀਂ ਕਹਿੰਦੇ। ਠੀਕ ਹੋ ਗਿਆ, ਬਾਕੀ ਆਪਾਂ ਜਾਇਜ਼ ਮੁੱਲ ਕੀਤਾ ਇਨਸ਼ਾਅੱਲਾ ਜਿਹੜਾ ਕਿ ਵੀਰਾਂ ਨੂੰ ਸਮਝ 'ਚ ਆ ਜੇ। ਠੀਕ ਹੋ ਗਿਆ, ਤੇ ਕੋਈ ਜ਼ਿਆਦਾ ਮੁੱਲ ਜਿਹੜਾ ਇਹਦੇ ਵਿੱਚ ਕੋਈ ਗੁੰਜਾਇਸ਼ ਆਪਣੇ ਵੀਰਾਂ ਵਾਸਤੇ ਕੋਈ ਆਉਂਦਾ ਹੈ, ਕੋਈ ਮੁਹੱਬਤ ਹੋਵੇਗੀ? ਗੁੰਜਾਇਸ਼ ਵਾਲੀ ਵਾਲਾ ਗੱਲ ਤਾਂ ਕੋਈ ਨਹੀਂ ਹੈਗੀ, ਫਿਰ ਵੀ ਅਗਰ ਤੁਸੀਂ ਕਹਿੰਦੇ ਕੋਈ ਪਿਆਰ ਮੁਹੱਬਤ ਕਰ ਲਾਂਗੇ। ਇਹ ਪਹਿਲੇ ਵਾਰੇ ਝੋਟੀ ਆਪਣੀ? ਹਾਂਜੀ, ਪਹਿਲੇ ਵਾਰੇ। ਇਹਦੇ ਵਿੱਚ ਕੋਈ ਗੁੰਜਾਇਸ਼ ਹੈ ਮਤਲਬ ਕੱਢੋਗੇ? ਜੀ ਹੁਣ ਤੁਸੀਂ ਕਹਿੰਦੇ ਤੇ ਚਲੋ ਅੱਲਾ ਖੈਰ ਕਰੇ, ਕੋਈ ਕਰ ਲਾਂਗੇ ਭਾਈ। ਠੀਕ ਹੋ ਗਿਆ ਸਰ ਜੀ। 3,50,000 ਡਿਮਾਂਡ ਕੀਤੀ ਭਾਈ ਆਸਮ ਨੇ, ਕਹਿੰਦੇ ਨੇ ਅਗਰ ਕੋਈ ਵੀਰ ਭਰਾ ਆਵੇਗਾ ਦੁਬਾਰਾ ਫਿਰ ਵੇਖ ਸਕਦੇ ਜੇ। ਜੀ ਜੀ ਬਿਲਕੁਲ, ਥੋੜ੍ਹਾ ਹੀ ਤੋਰਿਆ ਜੇ। ਆਸਮ ਬਾਈ ਨੇ 3,50,000 ਰੁਪਏ ਡਿਮਾਂਡ ਕੀਤੀ, ਕਹਿੰਦੇ ਨੇ ਅਗਰ ਕੋਈ ਵੀਰ ਭਰਾ ਆਵੇਗਾ ਤੇ ਪਿਆਰ ਮੁਹੱਬਤ ਵੀ ਹੋਵੇਗਾ, ਜਿਵੇਂ ਪਹਿਲੇ ਵੀਰਾਂ ਨੂੰ ਲੜ ਝਗੜ ਕੇ ਜਾਨਵਰ ਲੈ ਕੇ ਦੇਈਦੇ ਨੇ, ਇਸੇ ਤਰ੍ਹਾਂ ਅੱਜ ਵੀ ਵੀਰਾਂ ਨੂੰ ਲੜ ਝਗੜ ਕੇ ਜਾਨਵਰ ਲੈ ਕੇ ਦੇਵਾਂਗੇ। ਕੋਈ ਵੀ ਵੀਰ ਭਰਾ ਖਰੀਦਣਾ ਚਾਹੁੰਦਾ ਸਾਡਾ ਵਟਸਐਪ ਨੰਬਰ ਨੋਟ ਕਰ ਲਓ, 0322-7087-633। ਫਿਰ ਨੋਟ ਕਰੋ, 0322-7087-633। ਇਹ ਸਾਡਾ ਰਾਬਤਾ ਨੰਬਰ ਹੈ, ਇਹ ਸਾਡਾ ਵਟਸਐਪ ਨੰਬਰ ਹੈ। ਹੁਣ ਆਪਣੇ ਮੇਜ਼ਬਾਨ ਸਾਜਿਦ ਵਿਰਕ ਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।